ਕੋਟ ਸੁਖੀ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਖੇਡ ਮੈਦਾਨ ਦੇ ਵੱਲ ਨੂੰ ਪਹੁੰਚਣ। ਉਸ ਤੋਂ ਬਾਅਦ ਸ਼ੂਸ਼ਕ ਤੇ ਪੁਰਾਣੇ ਵਾਲਾ, ਉਸ ਤੋਂ ਬਾਅਦ ਖੇਡਣਗੇ ਝੰਡੇ ਵਾਲਾ ਤੇ ਗੁਰਜੀਤ ਕਬੱਡੀ ਕਲੱਬ ਚਾਂਦਨਾਵਾਂ ਦੀਆਂ ਟੀਮਾਂ। ਖਿਡਾਰੀ ਜਿਹੜੇ ਦਿੱਤੇ ਸਮੇਂ ਤੋਂ ਲੇਟ ਨਾ ਹੋਣ, ਇਹ ਟੀਮਾਂ ਜਿਹੜੀਆਂ ਦਿੱਤੇ ਸਮੇਂ ਤੋਂ ਪਲੀਜ਼ ਲੇਟ ਨਾ ਹੋਣ। ਜਿਵੇਂ ਜਿਵੇਂ ਅਸੀਂ ਖਿਡਾਰੀਆਂ ਨੂੰ ਵਾਅਦਾ ਦੇਵਾਂਗੇ, ਉਵੇਂ ਉਵੇਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵੱਲ ਨੂੰ ਪੁੱਜਣਗੀਆਂ ਕਿ ਕਿਸੇ ਨਾਲੋਂ ਘੱਟ ਨਾ ਕੋਈ। ਆ ਨਵੇਂ ਯੁੱਗ 'ਚ ਬੜੀ ਆ ਤੇਜ਼ੀ, ਪੁੱਤਰ ਪੰਜਾਬੀ ਮਾਂ ਦਿਓ ਜੀ, ਸਦ ਕੇ ਪੜ੍ਹੋ ਅੰਗਰੇਜ਼ੀ, ਮਾਂ ਬੋਲੀ ਨਾ ਭੁੱਲਿਓ, ਜਿਹਦੇ ਵਿੱਚ ਹੈ ਗੁਰਮੁਖੀ ਊੜਾ, ਸਿੱਖੀ ਸਾਂਭੋ ਬਾਜਾਂ ਵਾਲੇ ਦੀ, ਦਾੜੀ ਪੱਗ ਅਤੇ ਸਿਰ ਉੱਤੇ ਜੂੜਾ, ਜੋਧਿਆ ਲੰਘਿਆਣੀਆਂ ਪੈਣੇ ਝੱਲਣੇ ਜਮਾਂ ਦੇ ਕੋੜੇ, ਮਿਹਰ ਕਰੇ ਸੱਚੇ ਪਾਤਸ਼ਾਹ ਸਾਨੂੰ ਟੁੱਟਿਆਂ ਨੂੰ ਆਪ ਹੀ ਜੋੜੇ। 4, 5 ਤੇ 6 ਫਰਵਰੀ ਭੇਖੇ ਦੇ ਕਬੱਡੀ ਕੱਪ ਦੀ ਜਿੱਥੇ ਕਬੱਡੀ ਓਪਨ ਦੇ ਲਈ, ਜਿੱਥੇ ਕਬੱਡੀ ਓਪਨ, ਕਬੱਡੀ 70 ਕਿੱਲੋ, ਕਬੱਡੀ 57 ਕਿੱਲੋ, ਕਬੱਡੀ 48 ਕਿੱਲੋ ਤੇ ਵਾਲੀਬਾਲ ਸ਼ੂਟਿੰਗ ਦੇ ਮੈਚ ਹੋਣਗੇ। 4, 5 ਤੇ 6 ਤਰੀਕ ਜਿਹੜੀ ਭੇਖੇ ਦੇ ਕਬੱਡੀ ਟੂਰਨਾਮੈਂਟ ਦੀ ਬੈਸਟ ਰੇਟ ਤੇ ਬੈਸਟ ਆਪੀ ਨੂੰ ਸ਼ਮਸ਼ੇਰ ਕਨੇਡਾ ਵੱਲੋਂ 5,000 ਰੁਪਏ ਦੇ ਕੇ ਵਿਸ਼ੇਸ਼ ਮਾਣ ਦਿੱਤੇ ਜਾਣਗੇ। ਸਾਡੇ ਵੀਰ ਮਨਪ੍ਰੀਤ ਕਨੇਡਾ ਜੀ, ਉਹ ਵੀਰ ਵੀ ਜਿਹੜੇ ਬੋਲਾਂ ਤੋਂ ਖੁਸ਼ ਹੋ ਕੇ ਮਾਣ ਭੇਜ ਰਹੇ ਨੇ, ਬਾਹਰ ਬੈਠੇ ਇੰਟਰਨੈਟ ਦੇ ਜ਼ਰੀਏ ਲਾਈਵ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਨੇ। ਮੇਰੇ ਵੀਰਿਓ, ਜਿੱਥੇ ਸਾਡੇ ਨਗਰ ਨੂੰ ਵੱਡਾ ਮਾਣ ਹੈ, ਸੂਬੇਦਾਰ ਸਰਦਾਰ ਗੁਰਦੀਪ ਸਿੰਘ ਜੀ ਐਥਲੈਟਿਕਸ ਕੋਚ ਨੇ, ਜਿਨ੍ਹਾਂ ਨੇ ਤੀਜੇ ਪਰਲ ਵਰਲਡ ਕਬੱਡੀ ਕੱਪ ਦੇ ਵਿੱਚ ਵੀ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਈਆਂ, ਟੈਕਨੀਕਲ ਸਟਾਫ ਦੇ ਵਿੱਚ ਜਿਹੜੀਆਂ ਸੇਵਾਵਾਂ ਦਿੱਤੀਆਂ, ਸੂਬੇਦਾਰ ਸਰਦਾਰ ਗੁਰਦੀਪ ਸਿੰਘ ਜੀ ਮੇਰੇ ਵੀਰੋ ਸਾਡੇ ਨਗਰ ਦਾ ਮਾਣ ਨੇ, ਐਥਲੈਟਿਕਸ ਕੋਚ ਨੇ ਤੀਜੇ ਪਰਲ ਵਰਲਡ ਕਬੱਡੀ ਕੱਪ ਦੇ ਵਿੱਚ ਵੀ ਸੇਵਾਵਾਂ ਦਿੱਤੀਆਂ। ਟੀਮ ਜਿਹੜੀ ਫਰੀਦਕੋਟ ਦੀ ਹੈ, ਇਸ ਵਕਤ ਮੈਨੂੰ ਲੱਗਦਾ ਵੀ ਮੇਰੇ ਵੀਰੋ ਬਿਲਕੁਲ ਚੜ੍ਹਦੇ ਵਾਲੇ ਪਾਸੇ ਤੇ ਲਹਿੰਦੇ ਵਾਲੀ ਸਾਈਡ ਟੀਮ ਮਟਵਾਣੀ ਦੀ ਲੋਕ ਗੱਭਰੂ ਦੀ ਪਈ ਹੋਈ ਕਬੱਡੀ ਤੇ ਸਿੱਖ ਸਰਦਾਰ ਨੌਜਵਾਨ ਗੱਭਰੂ ਲਾਉਂਦਾ ਹੋਇਆ, ਵਾਹ ਹੋਏ ਨੌਜਵਾਨ ਆਲਮ ਵਾਲੀ ਅਜਮੇਰ ਦੱਸੇਗਾ ਮੇਰੇ ਵੀਰ ਪੁਆਇੰਟ ਕਿਹਦੇ ਹਿੱਸੇ ਆਵੇਗਾ। ਔਰ ਸਾਡੇ ਨਗਰ ਦੇ ਵੀਰ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਇੰਟਰਨੈਟ ਦੇ ਜ਼ਰੀਏ ਇਹਨਾਂ ਮੈਚਾਂ ਦਾ ਲਾਈਵ ਆਨੰਦ ਮਾਣ ਰਹੇ ਨੇ, ਅੱਧੀ ਰਾਤ ਦਾ ਸਮਾਂ ਮੇਰੇ ਵੀਰ ਪੂਰੇ 11 ਵੱਜ ਚੁੱਕੇ ਨੇ, ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਜਿਹੜੇ ਵੀਰ ਇੰਟਰਨੈਟ ਦੇ ਜ਼ਰੀਏ ਇਹਨਾਂ ਮੈਚਾਂ ਦਾ ਲਾਈਵ ਆਨੰਦ ਮਾਣ ਰਹੇ ਨੇ। ਫਰੀਦਕੋਟ ਦੀ ਟੀਮ ਇੱਧਰ ਚੜ੍ਹਦੇ ਵਾਲੇ ਪਾਸੇ ਜੀ, ਬਿਲਕੁਲ ਮਟਵਾਣੀ, ਮਟਵਾਣੀ ਦੀ ਟੀਮ ਜਿਹੜੀ ਲਹਿੰਦੇ ਵਾਲੇ ਪਾਸੇ ਤੇ ਫਰੀਦਕੋਟ ਦੀ ਟੀਮ ਆ ਗਈ ਹੈ ਚੜ੍ਹਦੇ ਵਾਲੇ ਪਾਸੇ। ਅਗਲੇ ਮੈਚ ਦੇ ਲਈ ਦੱਦਾਹੂਰ ਤੇ ਕੋਟ ਸੁਖੀ ਦੀਆਂ ਟੀਮਾਂ ਸ਼ੂਸ਼ਕ ਤੇ ਪੁਰਾਣੇ ਵਾਲਾ। ਹੈਲੋ ਬਾਈ, ਮੈਂ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਹੈ, ਜਿਹੜੇ ਸੱਜਣਾਂ ਨੇ ਸਾਨੂੰ ਸਹਾਇਤਾ ਕੀਤੀ ਹੈ ਟੂਰਨਾਮੈਂਟ ਨੂੰ, ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ, ਮੈਂ ਨਾਂ ਅਨਾਊਂਸ ਕਰ ਰਿਹਾ ਤੇ 2-4 ਮਿੰਟ ਦੇ ਵਿੱਚ ਵਿੱਚ ਉਹ ਸੱਜਣ ਸਟੇਜ ਦੇ ਨੇੜੇ ਆ ਜਾਣ। ਜੀਵਨ ਸਿੰਘ ਬਰਾੜ ਸਟੋਰ ਵਾਲਾ, ਕੱਤਰ ਸਿੰਘ ਫੌਜੀ, ਭਾਈ ਗੁਰਦਾਸ ਸਿੰਘ, ਡਾਕਟਰ ਧਰਮਿੰਦਰ, ਸੁਖਮੰਦਰ ਸਿੰਘ, ਸ਼ਮਿੰਦਰ ਸਿੰਘ ਖੋਸਾ, ਗੁਰਜੀਤ ਸਰਾਂ, ਕੁਲਵੰਤ ਸਿੰਘ ਖੋਸਾ, ਜੈਲੀ ਜੀਤਾ, ਜੀਤ ਸਿੰਘ ਮੇਟ, ਭੀਰਾ ਕਬੱਡੀ ਖਿਡਾਰੀ ਤੇ ਕਰਤਾਰ ਸਿੰਘ ਖੇਤ ਵਾਲੇ। ਇਹ 2-4 ਮਿੰਟਾਂ ਦੇ ਵਿੱਚ ਹੀ ਸਾਡੀ ਟਰਾਲੀ ਵਾਲੀ ਸਟੇਜ ਆ ਜਿਹੜੀ ਨੇੜੇ ਰਹਿਣ, ਇਹਨਾਂ ਨੂੰ ਸਨਮਾਨਿਤ ਕਰਨਗੇ। ਮੈਂ ਉਹਨਾਂ ਸੱਜਣਾਂ ਦੇ ਨਾਂ ਅਨਾਊਂਸ ਕਰ ਰਿਹਾ, ਉਹ ਵੀ ਨੇੜੇ ਆ ਜਾਣ, ਕਿਉਂਕਿ ਵਾਰੀ ਵਾਰੀ ਸਾਰੇ ਸੱਜਣਾਂ ਨੂੰ ਅਸੀਂ ਮੌਕਾ ਦੇਵਾਂਗੇ, ਇਹਨਾਂ ਸੋਚੋ ਵੀ ਖਣੀ ਇੱਕ ਲਿਸਟ ਹੀ ਹੈ। ਇਹਨਾਂ ਨੂੰ ਸਨਮਾਨਿਤ ਕਰਨਗੇ ਸਾਡੇ ਗੁਰੂ ਘਰ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਔਰ ਅਮਰਦੀਪ ਢਿੱਲੋਂ, ਸਰਦੂਲ ਬਰਾੜ ਪਠਾਨਗੜ੍ਹ, ਸੁਖਪਾਲ ਲੇਲਨਾ ਤੇ ਜੈਲੀ ਵੀਰ ਸਤਨਾਮ ਸਿੰਘ ਸਾਬਕਾ ਸਰਪੰਚ, ਸੂਬੇਦਾਰ ਗੁਰਦੀਪ ਸਿੰਘ, ਸੁਖਚੈਨ ਸਿੰਘ ਮੈਂਬਰ ਪੰਚਾਇਤ, ਜਿੰਮੀ ਜਿਹੜਾ ਯੂਥ ਜ਼ਿਲ੍ਹਾ ਯੂਥ ਦਾ ਜਨਰਲ ਸਕੱਤਰ, ਪੰਮੀ ਗੋਲੇ ਵਾਲੀ ਆ, ਉਹਨਾਂ ਦੇ ਰਿਸ਼ਤੇਦਾਰ ਆਏ ਨੇ, ਉਹਨਾਂ ਨੂੰ ਬੇਨਤੀ ਹੈ ਉਹ ਟਰਾਲੀ ਵਾਲੀ ਸਟੇਜ ਦੇ ਨੇੜੇ ਆ ਜਾਣ। ਘੋਟਾ UK ਮਾਸਟਰ ਅਮਨਦੀਪ ਸਿੰਘ, ਇਹ ਸਾਰੇ ਸੱਜਣ ਸਨਮਾਨਿਤ ਕਰਨਗੇ, ਸੋ ਕਿਰਪਾ ਕਰਕੇ ਟਰਾਲੀ ਵਾਲੀ ਸਟੇਜ ਦੇ ਨੇੜੇ ਆਓ ਜੀ। ਦੱਦਾਹੂਰ ਤੇ ਕੋਟ ਸੁਖੀ ਦੇ ਟੀਮਾਂ ਅਗਲੇ ਮੈਚ ਲਈ ਖੇਡ ਮੈਦਾਨ ਦੇ ਵੱਲ ਪੁੱਜਣਗੀਆਂ। ਸੰਤ ਬਾਬਾ ਤਾਰਾ ਸਿੰਘ ਜੀ ਹਿੱਸੋਵਾਲ ਵਾਲਿਆਂ ਦੀ ਅਸਲੀ ਮਰਦ ਸਿਆਣੇ, ਅੱਜ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਨੂੰ ਮੇਰੇ ਵੀਰੋ ਤਾਜ਼ਾ ਕੀਤਾ ਜਾ ਰਿਹਾ ਹੈ। ਗੱਜਣ ਵਾਲਾ ਪਿੰਡ ਖੇਡਾਂ ਦੇ ਵਿੱਚ ਮੋਹਰੀ ਮੰਨਿਆ ਜਾਣ ਵਾਲਾ ਪਿੰਡ ਹੈ। ਰਣਜੀਤ ਸਟੂਡੀਓ ਵਾਲੇ ਕੱਲੀ ਕੱਲੀ ਕਬੱਡੀ ਨੂੰ ਕੈਦ ਕਰ ਰਹੇ
ਮੰਗ ਜਿਹੜੀ ਹੈ ਸਾਡੇ ਵੀਰ ਹੈਪੀ ਹੋਣੀ ਨੀਟੇ ਉਹਨਾਂ ਦੀ ਸਮੁੱਚੀ ਟੀਮ ਅੱਜ ਪੂਰੀ ਦੁਨੀਆ 'ਚ ਦਿਖਾ ਰਹੀ ਹੈ ਇਸ ਕਬੱਡੀ ਕੱਪ ਨੂੰ ਮੇਰੇ ਵੀਰੋ ਲਓ ਸਾਹਮਣੇ ਮੁੰਡਾ ਫਰੀਦਕੋਟ ਦੀ ਕਬੱਡੀ ਪਾ ਰਿਹਾ ਹੈ ਕਹਿੰਦੇ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਡੇ ਬਜਟ ਦਾ ਕਬੱਡੀ ਦਾ ਕੱਪ ਮੇਰੇ ਵੀਰੋ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਨੇ ਕਰਵਾਇਆ ਮੇਜਰ ਪ੍ਰਾਣ ਭੂੜ ਉਹਨਾਂ ਨੇ ਕਰਵਾਇਆ ਮੇਰੇ ਵੀਰੋ ਪੰਜ ਗਰਾਈ ਦਾ ਸਭ ਤੋਂ ਵੱਡਾ ਕਬੱਡੀ ਦਾ ਕੱਪ ਜ਼ਿਲ੍ਹੇ ਫਰੀਦਕੋਟ ਦਾ ਉਹਨਾਂ ਮਾਣਯੋਗ ਸ਼ਖਸੀਅਤਾਂ ਨੇ ਕਰਵਾਇਆ ਹੈ ਤੇ ਸਾਡੇ ਦਰਮਿਆਨ ਸਾਡੇ ਵੀ ਦਲਵਿੰਦਰ ਧਾਨਾ ਵੈਰੋਗੇ ਸ਼ਹੀਦ ਕਲਵੰਤ ਖੋਸਾ ਜੈਲੀ ਜੀਤ ਸਿੰਘ ਮੇਟ ਬੀਰਾ ਤੇ ਕਰਤਾਰ ਸਿੰਘ ਖੇਤਾਂ ਵਾਲੇ ਬਾਈ ਜੀ ਕਾਫੀ ਵਾਰੀ ਅਸੀਂ ਅਨਾਊਂਸ ਕਰ ਚੁੱਕੇ ਹਾਂ ਫੇਰ ਪ੍ਰਬੰਧਕਾਂ ਨੇ ਹੋਰ ਜ਼ਿੰਮੇਵਾਰੀਆਂ ਵੀ ਸੰਭਾਲਣੀਆਂ ਸੋ ਇਤਰਾਜ਼ ਨਾ ਕਰਿਓ ਵੀ ਸਾਨੂੰ ਅਨਾਊਂਸ ਨਹੀਂ ਕੀਤਾ ਜਲਦੀ ਪਹੁੰਚੋ ਜੀ ਸਟੇਜ ਕੋਲੇ ਇਹ ਦਾਨੀ ਸੱਜਣ ਜਲਦੀ ਆ ਜਾਣ ਸਾਡੇ ਕੋਲੇ ਧੰਨਵਾਦ ਲਓ ਸਾਹਮਣੇ ਇੱਕ ਬੰਨੇ ਜਫਾ ਲੱਗ ਚੁੱਕਿਆ ਤੇ ਅਗਲੀ ਕਬੱਡੀ ਪਾਉਣ ਦੇ ਲਈ ਗੰਭਰੂ ਫਰੀਦਕੋਟ ਦੀ ਵਾਧਾ ਹੋਇਆ ਮੇਰੇ ਵੀਰੋ ਬਾਜੇ ਦੇ ਹਰਜੀਤ ਨੇ ਵੀ ਜ਼ਿਲ੍ਹੇ ਫਰੀਦਕੋਟ ਨੂੰ ਮਾਣ ਦਿੱਤਾ ਦੁਨੀਆ ਤੋਂ ਪ੍ਰਸਿੱਧ ਮਹਾਰਥੀ ਖਿਡਾਰੀ ਸਦਾ ਲਈ ਵਿਛੜ ਗਿਆ ਲਓ ਗੰਭਰੂ ਫਰੀਦਕੋਟ ਦੀ ਇੱਕ ਬੰਨੇ ਔਰ ਦੂਜੇ ਬੰਨੇ ਜ਼ਿਲ੍ਹੇ ਮੋਕੇ ਵਾਲਾ ਗੰਭਰੂ ਡੱਕਣ ਦੀ ਕੋਸ਼ਿਸ਼ ਕਰਦਾ ਹੈ ਕਿ ਮੁੰਡਿਆ ਫਰੀਦਕੋਟ ਦੀ ਹੈਲੋ ਤੇਰੇ ਬੁੱਲਾਂ ਤੇ ਸ਼ਰਾਰਤ ਹੱਸਦੀ ਹੈ ਸਟੇਜ ਦੇ ਨੇੜੇ ਆਉਣ ਜੀ ਸਤਨਾਮ ਸਿੰਘ ਸਾਬਕਾ ਸਰਪੰਚ ਸਾਬਕਾ ਸਰਪੰਚ ਗੁਰਦੀਪ ਸਿੰਘ ਸੂਬੇਦਾਰ ਪੰਮੀ ਗੋਲੇਵਾਲੀ ਆ ਉਹਨਾਂ ਦੇ ਰਿਸ਼ਤੇਦਾਰ ਨੇ ਮਾਸਟਰ ਅਮਨਦੀਪ ਸਿੰਘ ਤੇ ਹਰਮੇਸ਼ ਘੋਟਾ ਯੂਕੇ ਤੋਂ ਸਰਦੂਲ ਪਠਾਨਗੜ੍ਹ ਕਿਰਪਾ ਕਰਕੇ ਸਾਰੇ ਸੱਜਣ ਸਾਡੇ ਨੇੜੇ ਆ ਜਾਣੇ ਸਨਮਾਨਿਤ ਕਰਨਗੇ ਦਾਨੀ ਸੱਜਣਾਂ ਨੂੰ ਮੈਚ ਸਮਾਪਤ ਹੈ ਜੀ ਇਸ ਚੱਲਦੇ ਮੈਚ ਨੂੰ ਦੇਖਾਂਗੇ ਵੀ ਟੀਮ ਕੌਣ ਜੇਤੂ ਹੈ ਦਾਦਾਹੂਰ ਤੇ ਕੋਟ ਸੁਖੀ ਦੀਆਂ ਟੀਮਾਂ ਸੈਂਟਰ ਲੈਣ ਤੇ ਆ ਜਾਣ ਮਟਵਾਣੀ ਦੇ ਪੁਆਇੰਟ ਨੇ 7.5 ਤੇ ਫਰੀਦਕੋਟ ਦੇ ਪੁਆਇੰਟ ਨੇ 5 ਜਿਹੜੀ ਟੀਮ ਸਕੂਲ ਵਾਲੇ ਪਾਸੇ ਖੇਡ ਰਹੀ ਸੀ ਉਹ ਟੀਮ ਜਿੱਤ ਚੁੱਕੀ ਹੈ ਮਟਵਾਣੀ ਮੇਰੇ ਪ੍ਰਬੰਧਕ ਵੀ ਨੋਟ ਕਰਨ ਕਹਾਂਗੇ ਬਾਈ ਨੋਟ ਕਰ ਲਈ ਮਟਵਾਣੀ ਜੇਤੂ ਹੈ ਜਿਹੜੀ ਟੀਮ ਗ੍ਰਾਂਡ 'ਚ ਪਹਿਲਾਂ ਆਉਂਦੀ ਉਹਦੀ ਪਹਿਲੀ ਰੇਡ ਹੋਵੇਗੀ ਇਹ ਸਾਡੇ ਪ੍ਰਬੰਧਕ ਵੀਰਾਂ ਦਾ ਫੈਸਲਾ ਹੈ ਮੈਚ ਦੇ ਲਈ ਇਸ ਤੋਂ ਅਗਲੇ ਮੈਚ ਦੇ ਲਈ ਸ਼ੂਸ਼ਕ ਤੇ ਪੁਰਾਣੇ ਵਾਲੇ ਦੀਆਂ ਟੀਮਾਂ ਤਿਆਰੀ ਫੜ ਲੈਣ ਦਾਦਾਹੂਰ ਤੇ ਕੋਟ ਸੁਖੀ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਵਕਤ ਦੀਆਂ ਕਦੇ ਡੋਰਾਂ ਹੱਥ ਵਿੱਚ ਫੜੀਆਂ ਰਹਿੰਦੀਆਂ ਨੀ ਅੰਬਰਾਂ ਉੱਤੇ ਸਦਾ ਹੀ ਗੁੱਡੀਆਂ ਚੜੀਆਂ ਰਹਿੰਦੀਆਂ ਨੀ ਕਿ ਲੰਘਿਆਣੀਆਂ ਜੋਧਿਆ ਰੱਬ ਤੋਂ ਡਰਨਾ ਚਾਹੀਦਾ ਹੁਣ ਇੱਕ ਮਿੰਟ ਸਟੂਡੀਓ ਵਾਲੇ ਸੱਜਣ ਆ ਗਏ ਹਾਂਜੀ ਖੋਸਾ ਸਾਹਿਬ ਸ਼ਮਿੰਦਰ ਸਿੰਘ ਜੀ ਖੋਸਾ ਨੂੰ ਸਾਡੀ ਟੂਰਨਾਮੈਂਟ ਕਮੇਟੀ ਦੇ ਸਾਰੇ ਸਤਿਕਾਰ ਚ ਸੱਜਣ ਸਨਮਾਨਿਤ ਕਰ ਰਹੇ ਨੇ ਲਵਲੀ ਸਰਪੰਚ ਗੱਜਣ ਵਾਲਾ ਉਹ ਵੀ ਨੇੜੇ ਆ ਜਾਣ ਜੀ ਹਾਂਜੀ ਸ਼ਵਿੰਦਰ ਸਿੰਘ ਜੀ ਖੋਸਾ USA ਉਹਨਾਂ ਨੂੰ ਪ੍ਰਬੰਧਕ ਸਨਮਾਨਿਤ ਕਰਦੇ ਉਸ ਤੋਂ ਨਾਲ ਹੀ ਕਲਵੰਤ ਸਿੰਘ ਜੀ ਖੋਸਾ ਬ੍ਰਦਰਸ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸਾਡੇ ਸਮੁੱਚੇ ਪ੍ਰਬੰਧਕਾਂ ਵੱਲੋਂ ਹਾਂਜੀ ਨਾਲ ਹੀ ਮੈਂ ਬੇਨਤੀ ਕਰਾਂ ਕਰਤਾਰ ਸਿੰਘ ਜੀ ਖੇਤਾਂ ਵਾਲੇ ਉਹਨਾਂ ਦਾ ਬੇਟਾ ਸਨਮਾਨ ਚਿੰਨ੍ਹ ਪ੍ਰਾਪਤ ਕਰ ਰਿਹਾ ਡਾਕਟਰ ਧਰਮਿੰਦਰ ਦੇ ਪਰਿਵਾਰ ਚੋਂ ਕੋਈ ਆ ਜਾਓ ਗੁਰਜੀਤ ਸਰਾਂ ਜੈਲੀ ਸਾਡਾ ਪ੍ਰਵਾਸੀ ਵੀਰ ਜੈਲੀ ਵਾਹ ਬਾਈ ਵਾਹ ਇਹਨੂੰ ਵੀ ਸਨਮਾਨਿਤ ਕਰੋ ਜੀ ਜਰਨੈਲ ਸਿੰਘ ਜੈਲੀ ਕਬੱਡੀ ਦੇ ਨਾਲ ਜੁੜੀ ਸ਼ਖਸੀਅਤ ਜੀਤ ਸਿੰਘ ਮੇਟ ਉਹਨਾਂ ਦੇ ਬੇਟਿਆਂ ਚੋਂ ਹਾਂਜੀ ਸੁਖਚੈਨ ਸਿੰਘ ਮੈਂਬਰ ਨੇੜੇ ਰਹਿਣ ਜੀ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਸਾਡੀ ਸਨਮਾਨਿਤ ਕਮੇਟੀ ਦੇ ਮੈਂਬਰ ਨੇ ਪੰਚਾਇਤ ਮੈਂਬਰ ਹਾਂਜੀ ਤੇ ਬੀਰਾ ਕਬੱਡੀ ਵਾਲਾ ਗੁਰਜੀਤ ਸਰਾਂ ਡਾਕਟਰ ਧਰਮਿੰਦਰ ਭਾਈ ਗੁਰਦਾਸ ਗੁਰਦਾਸ ਜੀ ਨੂੰ ਸਨਮਾਨਿਤ ਕਰਾਂਗੇ ਜੀ ਭਾਈ ਗੁਰਦਾਸ ਨਾਂ ਅਸੀਂ ਕਾਫੀ ਪਹਿਲਾਂ ਅਨਾਊਂਸ ਕਰਤੇ ਪਰ ਸੱਜਣ ਪਹੁੰਚ ਨਹੀਂ ਰਹੇ ਜੀਤ ਸਿੰਘ ਠੀਕ ਆ ਜੀ ਗੁਰਜੀਤ ਸਿੰਘ ਜੀ ਬਾਬੇ ਕਾ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਹੋਵੇ ਜੀਤ ਸਿੰਘ ਜੀ ਮੇਟ ਉਹਨਾਂ ਦਾ ਬੇਟਾ ਆ ਰਿਹਾ ਸੁਖਦੇਵ ਸਿੰਘ ਉਹਨਾਂ ਨੂੰ ਸਨਮਾਨਿਤ ਕਰਾਂਗੇ ਉਹਦੇ ਬਜ਼ੁਰਗਾਂ ਨੂੰ ਜੋ ਸਨਮਾਨ ਚਿੰਨ੍ਹ ਦੇਣਾ ਹੈ ਤੇ ਮੈਂਬਰ ਪੰਚਾਇਤ ਸੁਖਚੈਨ ਸਿੰਘ ਪਹੁੰਚ ਗਏ ਸਾਡੀ ਸਨਮਾਨਿਤ ਕਮੇਟੀ ਦੇ ਨੇ ਭਾਈ ਗੁਰਦਾਸ ਕੱਤਰ ਫੌਜੀ ਕੱਤਰ ਸਿੰਘ ਫੌਜੀ ਆਓ ਜੀ
हाँ जी जीत सिंह मेट उन्होंने बेटे को सम्मानित किया जा रहा है। सूबेदार गुरदीप सिंह, सतनाम सिंह, सरदूल सिंह बस्ती पठानकोट, जसवंत सिंह जी कोना, सुखपाल जी बब्बी, लेलना जी, चैन सिंह मैंबर पंचायत, जगदेव खोसा, मास्टर अमनदीप, जगदीप जैली, अमरदीप ढोडी कनेडा, कत्तर सिंह फौजी, उन्होंने सम्मानित किया जा रहा। आ गए जी नाल रजिंद्र पार माला। हाँ जी सराम सराम परिवार के विचों भी सारे ही सत्कार योग चेहरिया दानी सज्जना माण दिते जा रहे ने। जगजीत जग्गा सराम परिवार चो उन्होंने साड़ी कमेटी वालों सम्मानित किया जा रहा है। हाँ जी हाँ जी मास्टर अमनदीप जी, सरदूल पठानकोट, जसवंत जी, अमरदीप ढोडी ढिलों, सो सतनाम सिंह जी साबका सरपंच जैली, जगदेव खोसा, जीवन जी हट्टी वाला जीवन साडे दुकानदार, उन्हों का सन्मान चिन्ह इतने साढ़े को सज्जन होने हैं। भीरा भीरा वे भी भीरा इतने टिक मार करी चलो जी जिन्हें जिन्हों के सन्मान तो हो गए ने। कत्तर सिंह ते डॉक्टर धर्मेंद्र के घर पहुँच गया जी सन्मान। हाँ जी खोसा ब्रदरस हो गए बाबे, हाँ जी इधर हो गए जी। सो बेनती है जी अगली टेस्ट फिर जारी करांगे, मैं बेनती करा प्रमाण। हाँ जी हो गया जी, जीत सिंह उन्होंने बेटा ले गया ट्रॉफी। हाँ जी वह भी है जी, ओके ठीक है जी, धन्यवाद जी साढ़े सारे सन्मानित कमेटी के सज्जनों का। ਦੱਦਾ ਹੁਰ ਤੇ ਕੋਟ ਸੁਖੀ ਦੀਆਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਮੈਚ ਦੇ ਗੱਭਰੂ ਦੱਦਾ ਹੁਰ ਵਾਲਾ ਕਬੱਡੀ ਕਰਦਾ ਹੋਇਆ ਪੁਆਇੰਟ ਰੇਡਰ ਦੇ ਹਿੱਸੇ ਹੈ। ਅਗਲੀ ਕਬੱਡੀ ਕੋਟ ਸੁਖੀ ਵਾਲਾ ਗੱਭਰੂ ਪਾਉਣ ਦੇ ਲਈ ਵਾਧਾ ਹੋਇਆ। ਅਗਲਾ ਮੈਚ ਵੀ ਪੂਰਾ ਦੇਖਣ ਯੋਗ ਹੋਵੇਗਾ, ਇੱਕ ਬੰਨੇ ਪੁਰਾਣੇ ਵਾਲੇ ਦੀ ਟੀਮ, ਦੂਜੇ ਬੰਨੇ ਜ਼ਿਲ੍ਹੇ ਫਿਰੋਜ਼ਪੁਰ ਦੀ। ਮੇਰੇ ਵੀਰਿਓ ਕਹਿੰਦੇ ਵੀ ਪੂਰੀ ਟੌਪ ਦੀ ਟੀਮ ਹੈ ਸ਼ੂਸ਼ਕ ਦੀ, ਲਾ ਦੇਖਾਂਗੇ ਅਗਲਾ ਜਿਹੜਾ ਮੈਚ ਵੀ ਪੂਰਾ ਚੋਟੀ ਦਾ। ਉਸ ਬਾਅਦ ਮੈਂ ਬੇਨਤੀ ਕਰਾਂਗਾ ਬਾਬਾ ਗੁਰਦੇਵ ਸ਼ਾਹ ਕਲੱਬ ਝੰਡੇ ਵਾਲਾ ਤੇ ਗੁਰਜੀਤ ਕਬੱਡੀ ਕਲੱਬ ਚੰਦਨਾਵਾ ਆਉਣ ਵਾਲੀ 3-4 ਤੇ 5 ਫਰਵਰੀ ਦੇ ਵੱਡੇ ਸਾਹਿਬ ਦੇ ਝੰਡੇ ਵਾਲੀ ਆ ਖੁਸ਼ੀ ਵਧੇ ਰਿਹਾ, ਜਿੱਥੇ 5 ਫਰਵਰੀ ਨੂੰ ਕਬੱਡੀ ਓਪਨ ਦੇ ਮੈਚ ਹੋਣਗੇ, ਦੋ ਖਿਡਾਰੀ ਬਾਹਰੋਂ ਖੇਡਣਗੇ ਤੇ ਮੇਰੇ ਵੀਰੋ 61,000 ਤੇ 55,000 ਰੁਪਏ ਦਿੱਤਾ ਜਾਵੇਗਾ ਪਹਿਲੇ ਦੂਜੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ। ਔਰ ਇਧਰਲੇ ਬੰਨੇ ਮੈਚ ਜਿਹੜਾ ਸਮਾਪਤ ਹੋ ਚੁੱਕਿਆ ਹੈ, ਪੁਰਾਣੇ ਵਾਲਾ ਤੇ ਸ਼ੂਸ਼ਕ ਦੀਆਂ ਟੀਮਾਂ ਸੈਂਟਰ ਲੈਣ ਤੇ ਆ ਜਾਣ ਚੱਲਦੇ ਹੋਏ ਮੈਚ ਦੇ ਵਿੱਚੋਂ। ਕੋਟ ਸੁਖੀ ਦੇ ਪੁਆਇੰਟ ਨੇ ਬਿਲਕੁਲ ਮੇਰੇ ਵੀਰੋ 1.25 ਲੱਖ ਪੁਆਇੰਟ ਹੈ ਕੋਟ ਸੁਖੀ ਦਾ ਤੇ ਦੱਦਾ ਹੁਰ ਦੇ ਪੁਆਇੰਟ ਨੇ 7.5। ਦੱਦਾ ਹੁਰ ਦੀ ਟੀਮ ਚੱਲਦੇ ਹੋਏ ਮੈਚ ਜੋ ਜਿੱਤ ਚੁੱਕੀ ਹੈ। ਸਾਡੇ ਵੀਰ ਅਮਨਾ ਮਾਸਟਰ ਜੀ ਨਾਲ ਮੇਰਾ ਵੀਰ ਸਰਦੂਲ ਜੀ ਪਠਾਨਗੜ ਵਾਲੇ ਸਰਦੂਲ ਬਰਾੜ ਜੀ, ਉਹ ਜਿਹੜੇ ਬੋਲਾਂ ਤੋਂ ਖੁਸ਼ ਹੋ ਕੇ ਵੀਰ ਮਾਣ ਦੇ ਰਹੇ ਨੇ। ਅਮਨਾ ਮਾਸਟਰ ਜੀ ਨਾਲ ਸਾਡੇ ਵੀਰ ਸਰਦੂਲ ਪਠਾਨਗੜ ਜੀ, ਉਹ ਬੋਲਾਂ ਤੋਂ ਖੁਸ਼ ਹੋ ਕੇ ਮਾਣ ਦੇ ਰਹੇ, ਧੰਨਵਾਦੀ ਹੈ ਸਾਰੀਆਂ ਹੀ ਸਾਡੀਆਂ ਮਾਣਯੋਗ ਸ਼ਖਸੀਅਤਾਂ ਦੇ। ਲਓ ਸਾਈਡਾਂ ਨੋਟ ਕਰ ਲਈ ਵੀਰ, ਸ਼ੂਸ਼ਕ ਦੀ ਟੀਮ ਆ ਗਈ ਲਹਿੰਦੇ ਵਾਲੇ ਪਾਸੇ, ਚੜ੍ਹਦੇ ਵਾਲੇ ਪਾਸੇ ਟੀਮ ਪੁਰਾਣੇ ਵਾਲੇ ਪਿੰਡ ਦੀ ਹੈ। ਲਓ ਅਗਲੇ ਮੈਚ ਦੇ ਲਈ ਝੰਡੇ ਵਾਲਾ ਬਾਬਾ ਗੁਰਦੇਵ ਸ਼ਾਹ ਕਲੱਬ ਤੇ ਗੁਰਜੀਤ ਕਬੱਡੀ ਕਲੱਬ ਚੰਦਨਾਵਾ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਡਰੋਲੀ ਭਾਈ ਏ ਵਰਸੀ ਚੁਗਾਵੇ ਨੂੰ ਰਾਣੀਵਾਲ ਤੇ ਥਾਂਦੇ ਵਾਲਾ ਜੰਗੀਆਣਾ ਤੇ ਬਾਬਾ ਮਾਨਦਾਸ ਕਬੱਡੀ ਕਲੱਬ ਰੌਲੀ, ਰਾਜਿਆਣਾ ਤੇ ਮੁੱਦਗੀ, ਮਾਲਾ ਖੁਰ ਤੇ ਕੰਮਿਆਣਾ, ਕੋਟ ਕਰੋੜ ਤੇ ਘਾਲ ਕਲਾਂ, ਭਲੂਰ ਤੇ ਰਾਉਕੇ, ਇਹ ਸਾਰੀਆਂ ਟੀਮਾਂ ਜਿਵੇਂ ਜਿਵੇਂ ਮੈਚ ਬੋਲਾਂਗੇ ਉਵੇਂ ਉਵੇਂ ਖਿਡਾਰੀ ਜਿਹੜੇ ਗਰਾਊਂਡ 'ਚ ਪੁੱਜਣਗੇ। ਡਰੋਲੀ ਬੀ ਤੇ ਡੇਮਰੂ ਇਹ ਟੀਮਾਂ ਜਿਹੜੀਆਂ ਦਿੱਤੇ ਹੋਏ ਸਮੇਂ ਤੋਂ ਲੇਟ ਨਾ ਹੋਣ, ਜਿਵੇਂ ਅਸੀਂ ਮੈਚ ਬੋਲਾਂਗੇ ਉਵੇਂ ਟੀਮਾਂ ਗਰਾਊਂਡ 'ਚ ਜਾਣ, ਐਡਵਾਂਸ ਖਿਡਾਰੀ ਜਿਹੜੇ ਗਰਾਊਂਡ 'ਚ ਐਂਟਰ ਨਾ ਹੋਣ, ਇਹ ਸਾਡੀ ਬੇਨਤੀ ਹੈ ਐਡਵਾਂਸ ਟੀਮਾਂ ਜਿਹੜੀਆਂ ਗਰਾਊਂਡ 'ਚ ਐਂਟਰ ਨਾ ਹੋਣ। ਸ਼ੂਸ਼ਕ ਦੀ ਟੀਮ ਦਰਸ਼ਕ ਵੀਰੋ ਲਹਿੰਦੇ ਵਾਲੀ ਸਾਈਡ ਤੇ ਚੜ੍ਹਦੇ ਵਾਲੇ ਪਾਸੇ ਪੁਰਾਣੇ ਵਾਲੇ ਪਿੰਡ ਦੀ ਟੀਮ। ਔਰ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਰੌਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਧਾਵੇ ਬੋਲੇਗਾ, ਪੁਰਾਣੇ ਵਾਲੀ ਆ ਪ੍ਰੀਤਮ, ਦੂਜੇ ਬੰਨੇ ਘੋਨੀ ਸ਼ੂਸ਼ਕ ਦੀ ਧਰਤੀ ਦਾ
ਨਾਲ ਮੇਰੇ ਵੀਰੋ ਬਲਜੀਤ ਬਲਕਰਨ ਵਰਗੇ ਬਾਬਾ ਸ਼ੂਸ਼ਕ ਦੀ ਧਰਤੀ ਦਾ ਦੁਨੀਆ ਦਾ ਟੌਪ ਦਾ ਯਾਫੀ ਹੈ ਲਓ ਸਾਹਮਣੇ ਸ਼ੂਸ਼ਕ ਵਾਲਾ ਗੱਭਰੂ ਪਹਿਲੀ ਕਬੱਡੀ ਪਾਉਣ ਦੇ ਲਈ ਕਰਦਾ ਹੋਇਆ ਤਿਆਰੀ ਖੇਡ ਮੈਦਾਨ ਦੇ ਵਿੱਚ ਕਿ ਖੇਡਦਾ ਕਬੱਡੀ ਉਹਨੇ ਪਹਿਲੀ ਰੇਡ ਪਾਈ ਹੋਵੇ ਜੱਫਾ ਲਗਾ ਵੇਖ ਤਾੜੀ ਲੋਕਾਂ ਨੇ ਵਜਾਈ ਹੋਵੇ ਇੱਕ ਜੋਰ ਨਾਲ ਪਹਿਲਾ ਡੇਢ ਪੁਆਇੰਟ ਲੈ ਕੇ ਜਦੋਂ ਆਣ ਹੰਦਿਆਂ ਦੇ ਉੱਤੇ ਖੜਦਾ ਫੇਰ ਦਿਲ ਗੱਭਰੂ ਦਾ ਉੱਡ ਜੂੜ ਜੂ ਕਰਦਾ ਲਓ ਆ ਗੱਭਰੂ ਕਹਿੰਦੇ ਵੀ ਨਿੱਕਾ ਪੁਰਾਣੇ ਵਾਲੀ ਆ ਫਤਿਹਗੜ੍ਹੀ ਇਹ ਕਾਕੇ ਦਾ ਸੁਖਾਂਦਰੂ ਮੇਰੇ ਵੀਰਿਓ ਕਿ ਚੰਗੇ ਚੰਗੇ ਰੇਡਰਾਂ ਨੂੰ ਬਹਿ ਜੇ ਪਾਲਾਂ ਵਿੱਚ ਢੱਕ ਕੇ ਮਾਰਦਾ ਇਹ ਕੈਂਚੀ ਹੱਥ ਧੌਣ ਉੱਤੇ ਰੱਖ ਕੇ ਕੋਕਰੀ ਵਾਲਿਆ ਸੁਭਾਅ ਦਾ ਇਹ ਨਿੱਕਾ ਗੱਭਰੂ ਨਾ ਹੀ ਬੋਲਦਾ ਏ ਉੱਚਾ ਨਾ ਹੀ ਬੋਲੇ ਕਦੇ ਫਿੱਕਾ ਜਾਫੀ ਪੂਰਾ ਤਕਨੀਕੀ ਪੁਰਾਣੇ ਵਾੜ ਵਾਲਾ ਨਿੱਕਾ ਪੂਰਾ ਟੌਪ ਦਾ ਖਿਡਾਰੀ ਪੁਰਾਣੇ ਵਾੜ ਵਾਲਾ ਨਿੱਕਾ ਹਾਂਜੀ ਰੇਡਰ ਜਿਹੜੇ ਬਾਕਸਾਂ 'ਚ ਖੜਨ ਮੇਰੇ ਵੀਰ ਰੇਡਰ ਬਾਕਸਾਂ 'ਚ ਖੜਨ ਲਓ ਕਹਿੰਦੇ ਵੀ ਆ ਗੱਭਰੂ ਖੇਡਿਆ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਸਾਫ ਵਾਲੀ ਧਰਵੰਤ ਨਾਲ ਮਿਲ ਕੇ ਧਾਵੇ ਬੋਲੇ ਰੌਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਕਬੱਡੀ ਪਾ ਰਿਹਾ ਲਓ ਇੱਕ ਬੰਨੇ ਬਲਕਰਨ ਨਾਲ ਰਾਜੂ ਤੇ ਦੇਖਾਂਗੇ ਚੌ ਜਾਫੀਆਂ ਦੀ ਘੁੰਮਦੀ ਹੋਈ ਚੈਨ ਲੰਘਿਆਣੀਆਂ ਗੁਰਜੀਤ ਕੀ ਕਹਿੰਦਾ ਹੈ ਪੁਆਇੰਟ ਰੇਡਰ ਦੇ ਹਿੱਸੇ ਹੈ ਪੁਆਇੰਟ ਮੇਰੇ ਵੀਰੋ ਪੁਰਾਣੇ ਵਾਲ ਦੀ ਟੀਮ ਦੇ ਹਿੱਸੇ ਹੈ ਮਾਝੇ ਦੇ ਵਿੱਚ ਪੂਰੀ ਧਾਕ ਜਮਾਉਣ ਵਾਲਾ ਆ ਗੱਭਰੂ ਮੇਰੇ ਵੀਰੋ ਕੋਨੀ ਸ਼ੂਸ਼ਕ ਦੀ ਧਰਤੀ ਦਾ ਕਦੇ ਸੁੱਖੇ ਦੀਆਂ ਗੱਲਾਂ ਗਗਨੀ ਵਰਗੇ ਦੁਨੀਆ ਦੇ ਪ੍ਰਸਿੱਧ ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ ਚੜ੍ਹਦੀ ਕੰਨੀ ਮੇਰੇ ਵੀਰੋ ਕਹਿੰਦੇ ਵੀ ਸਰਦਾਰ ਅਮਰਜੀਤ ਸਿੰਘ ਸਰਪੰਚ ਦਾ ਸਪੁੱਤਰ ਹੈ ਲਾਲੀ ਚਗਾਵੇਂ ਦੀ ਧਰਤੀ ਦਾ ਲਓ ਫਿਰ ਗੱਭਰੂ ਨਿੱਕਾ ਪੁਰਾਣੇ ਵਾਲੀ ਆ ਲਓ ਸਾਹਮਣੇ ਵੱਧ ਕੇ ਕਹਿੰਦੇ ਵੀ ਕਦੇ ਮੇਰੇ ਵੀਰੋ ਗੱਭਰੂ ਲੱਤ ਲਾਉਂਦਾ ਕਦੇ ਗਿੱਪੀ ਠੋਕਦਾ ਲਓ ਸਾਹਮਣੇ ਫਿਰ ਨਿੱਕਾ ਪੁਰਾਣੇ ਵਾਲੀ ਆ ਤੇ ਕੋਨੀ ਸ਼ੂਸ਼ਕ ਦਾ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਤੱਕੇ ਕੁੱਲ ਜਵਾਨਾ ਕੱਪ ਉਹੀਓ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵੀ ਜਾਣਾ ਝੰਡੇ ਵਾਲਾ ਤੇ ਗੁਰਜੀਤ ਕਬੱਡੀ ਕਲੱਬ ਚੰਦ ਨਵੇਂ ਦੀਆਂ ਟੀਮਾਂ ਤਿਆਰੀ ਰੱਖਣ ਲਓ ਪ੍ਰੀਤਮ ਪੁਰਾਣੇ ਵਾਲੀ ਆ ਗੱਭਰੂ ਕਹਿੰਦੇ ਵੀ ਪੰਜਾਬ ਦੇ ਕਬੱਡੀ ਕੱਪਾਂ ਤੇ ਪਤੋ ਵਾਲੇ ਸਾਧੂ ਸਿੰਘ ਜੀ ਬਰਾੜ ਸਾਹਿਬ ਉਹਨਾਂ ਦੀ ਟੀਮ ਲਈ ਖੇਡਦਾ ਆ ਗੱਭਰੂ ਮੇਰੇ ਵੀਰਿਓ ਪ੍ਰੀਤਮ ਪੁਰਾਣੇ ਵਾਲੀ ਦੀ ਧਰਤੀ ਦਾ ਕਬੱਡੀ ਪਾ ਰਿਹਾ ਲਓ ਗੱਭਰੂ ਰਾਜੂ ਸ਼ੂਸ਼ਕ ਵਾਲਾ ਕਰਦਾ ਕੋਸ਼ਿਸ਼ ਤੇ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੈ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਅਗਲਾ ਮੈਚ ਝੰਡੇ ਵਾਲਾ ਤੇ ਚੰਦ ਨਵੇਂ ਦਾ ਡਰੋਲੀ ਪਾਈਏ ਤੇ ਚੁਗਾਵਾਂ ਇਹ ਟੀਮਾਂ ਜਿਹੜੀਆਂ ਦਿੱਤੇ ਸਮੇਂ ਤੋਂ ਪਲੀਜ਼ ਲੇਟ ਨਾ ਹੋਣ ਲਓ ਕਹਿੰਦੇ ਵੀ ਦੋ ਨੰਬਰ ਤੇ ਮਨਜਿੰਦਰ ਨੌਜਵਾਨ ਗੱਭਰੂ ਹੈ ਮੇਰੇ ਵੀਰੋ ਚਾਰ ਜਾਫੀਆਂ ਦੀ ਘੁੰਮਦੀ ਹੋਈ ਚੈਨ ਹੈ ਤੇ ਆਲਮ ਵਾਲੇ ਪਿੰਡ ਦੇ ਅਜਮੇਰ ਨੇ ਵਿਸਲ ਮਾਰਨੀ ਹੈ ਤੇ ਦੇਖਦਾ ਵੀ ਮਨਜਿੰਦਰ ਪੁਰਾਣੇ ਵਾਲੇ ਦਾ ਟੱਚ ਡਬਲ ਹੋ ਚੁੱਕਿਆ ਆਲਮ ਵਾਲੀ ਅਜਮੇਰ ਨਹੀਂ ਉਹ ਮੰਨਦਾ ਪੁਆਇੰਟ ਕਹਿੰਦੇ ਵੀ ਐਸਕ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹਰਪ੍ਰੀਤ ਸਿੰਘ ਬੰਬ ਰੌਲੀ ਪਿੰਡ ਦਾ ਕਹਿੰਦੇ ਵੀ ਪਿੰਦੀ ਤੇ ਨਿੰਦਰ ਭਾਵੇਂ ਕੈਨੇਡਾ ਵੱਸ ਗਏ ਨੇ ਮੇਰੇ ਵੀਰੋ ਉਸੇ ਪਿੰਡ ਦਾ ਆ ਗੱਭਰੂ ਹੈ ਭਾਈ ਇੱਕ ਵੱਡੀ ਠੰਡੇ ਦੇ ਸੁਭਾਅ ਦਾ ਚੰਦ ਨਵੇਂ ਪਿੰਡ ਦਾ ਮਾਣਕ ਪੁੱਜ ਗਿਆ ਭਾਣੇ ਪਿੰਡ ਦਾ ਸੇਵਕ ਦੁਨੀਆਂ ਦੇ ਸੁਪਰ ਸਟਾਰ ਕਬੱਡੀ ਦੇ ਜੱਸੀ ਚੰਦ ਨਵੇਂ ਦਾ ਮੇਰੇ ਵੀਰੋ ਗੋਵਿੰਦੇ ਵਰਗੇ ਦੁਨੀਆਂ ਦੇ ਪ੍ਰਸਿੱਧ ਹੋ ਚੁੱਕੇ ਨੇ ਉਹ ਖਿਡਾਰੀ ਲਓ ਬੰਬ ਰੌਲੀ ਵਾਲਾ ਟੀਮ ਦੇ ਲਈ ਮੇਰੇ ਵੀਰੋ ਪੁਆਇੰਟ ਦਾ ਵਾਅਦਾ ਕਰਦਾ ਹੈ ਪੁਰਾਣੇ ਵਾਲੇ ਦੀ ਟੀਮ ਲਈ ਕੋਨੀ ਸ਼ੂਸ਼ਕ ਦੀ ਧਰਤੀ ਦਾ ਨੌਜਵਾਨ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਪਾਣੀ ਵਾਲੀ ਨੂੰ ਪਾਣੀ ਵਾਲੀ ਹਾਂਜੀ ਪਾਣੀ ਵਾਲੀ ਟੈਂਕੀ ਜਿਹੜੇ ਵੀਰਾਂ ਦੀ ਡਿਊਟੀ ਹੈ ਪਾਣੀ ਛਿੜਕਾਉਣ ਦੀ ਉਹ ਵੀਰ ਜਿਹੜੇ ਗਰਾਊਂਡ ਦੇ ਲਾ ਕੇ ਟੈਂਕੀ ਲੈ ਆਉਣ ਇਸ ਮੈਚ ਤੋਂ ਬਾਅਦ ਜਿਹੜਾ ਪਾਣੀ ਛਿੜਕਿਆ ਜਾਵੇਗਾ ਲਓ ਚਗਾਵੇਂ ਵਾਲੇ ਅਮਰਜੀਤ ਸਿੰਘ ਸਰਪੰਚ ਦਾ ਸਪੁੱਤਰ ਮੇਰੇ ਵੀਰਿਓ ਲਾਲੀ ਚਗਾਵੇਂ ਪਿੰਡ ਦਾ ਕਰਦਾ ਕੋਸ਼ਿਸ਼ ਸਫਲਤਾ ਘੋਨੀ ਦੇ ਕਦਮ ਚੁੰਮਦੀ ਹੈ ਅਗਲੀ ਕਬੱਡੀ ਪਾਉਣ ਦੇ ਲਈ ਪ੍ਰੀਤਮ ਪੁਰਾਣੇ ਵਾਲੀ ਵਾਧਾ ਆਇਆ ਕਿ ਘਰ ਦਾ ਜੋਗੀ ਜੋਗ ਨਹੀਂ ਹੁੰਦਾ ਬਾਹਰ ਦਾ ਸਿੱਧ ਕਹਾਉਂਦਾ ਕਾਮਯਾਬੀਆਂ ਦੇਖ ਜਮਾਨਾ ਕਿੱਥੇ ਸੁੱਖ ਮਨਾਉਂਦਾ ਲੰਘਿਆਣੀਆਂ ਜੋਧਿਆ ਚੋਪਾਂ ਲਾਉਂਦੇ ਥੱਕਦੇ ਨਹੀਂ ਜਦੋਂ ਗੁੱਡੀ ਚੜ੍ਹਦੇ ਉਹੀ ਲੋਕ ਸਲਾਉਂਦੇ ਥੱਕਦੇ ਨਹੀਂ ਜਦੋਂ ਗੁੱਡੀ ਚੜ੍ਹਦੇ ਉਹੀ ਲੋਕ ਸਲਾਉਂਦੇ ਥੱਕਦੇ ਨਹੀਂ ਗੋਰੀ ਸਾਡਾ ਵੀਰ ਉਹ ਵੀਰ ਜਿਹੜਾ ਪਾਣੀ ਵਾਲੀ ਟੈਂਕੀ ਲੈਣ ਗਿਆ ਸੀ ਉਹ ਸਟੇਜ ਤੇ ਰਿਪੋਰਟ ਕਰੇ ਗੋਰੀ ਲਓ ਸਾਹਮਣੇ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਆਇਆ ਘਾਲ ਕਲਾ ਪਿੰਡ ਦਾ ਸੋਨਾ ਪੁੱਜ ਗਿਆ ਮੇਰੇ ਵੀਰਿਓ ਦੁਨੀਆਂ ਦੇ ਸੁਪਰ ਸਟਾਰ ਕਬੱਡੀ ਦੇ ਪੁੱਜਦੇ ਜਾ ਰਹੇ ਨੇ ਲਓ ਸਾਹਮਣੇ ਅਗਲੀ ਕਬੱਡੀ ਸ਼ੂਸ਼ਕ ਵਾਲਾ ਗੱਭਰੂ ਪਾ ਰਿਹਾ ਚੌ ਜਾਫੀਆਂ ਤੋਂ ਦੇਖਾਂਗੇ ਕੌਣ ਨੌਜਵਾਨ ਲਾਵੇਗਾ ਜੱਫਾ ਕਿ ਕੁੱਟ ਕੁੱਟ ਮਾਵਾਂ ਨੇ ਖਵਾਈਆਂ ਚੂਰੀਆਂ ਚੁੰਗ ਕੇ ਜਵਾਨ ਹੋਏ ਮੱਝਾਂ ਬੂਰੀਆਂ ਚੋਪਰਾਂ ਦੇ ਜੋਧਿਆਂ ਜਨੂਨ ਚ ਕਬੱਡੀ ਤੇ ਰਚੀਆ ਪੰਜਾਬੀਆਂ ਦੇ ਖੂਨ ਚ ਕਬੱਡੀ ਲਓ ਦੇਖਦੇ ਵੀ ਚਗਾਵੇਂ ਪਿੰਡ ਦਾ ਮੇਰੇ ਵੀਰੇ ਗੱਭਰੂ ਪੁਰਾਣੇ ਵਾਲੀਆਂ ਨੇਕਾ ਕੋਸ਼ੀ ਕਰਦਾ ਖੇਡ ਮੈਦਾਨ ਦੇ ਵਿੱਚ ਪਰ ਪੁਆਇੰਟ ਰੇਡਰ ਦਾ ਹਰਪ੍ਰੀਤ ਸਿੰਘ ਬੰਬ ਰੌਲੀ ਦੀ ਧਰਤੀ ਦਾ ਨੌਜਵਾਨ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਆਇਆ ਰੌਲੀ ਪਿੰਡ ਮੇਰੇ ਵੀਰੋ ਪਿੰਦੀ ਤੇ ਨਿੰਦਰ ਤੇ ਇਸ ਗੱਭਰੂ ਨੇ ਮਸ਼ਹੂਰ ਕੀਤਾ ਕਾਰੇ ਵਰਗੇ ਆਉਣ ਵਾਲੇ ਸਮੇਂ ਦੇ ਸਟਾਰ ਉੱਡ ਗਏ ਲੋ ਬਲਕਰਨ ਸ਼ੂਸ਼ਕ ਦਾ ਮੁੰਡਾ ਫਿਰੋਜ਼ਪੁਰੀਆ ਜੱਫਾ ਲਾ ਰਿਹਾ ਖੇਡ ਮੈਦਾਨ ਦੇ ਵਿੱਚ ਤੇ ਤਾੜੀਆਂ ਦਰਸ਼ਕ ਵੀਰੋ ਤੁਸੀਂ ਮਾਰਨੀ ਹੈ ਸਮਾਂ 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 ਬੀਤਦਾ ਜਾ ਰਿਹਾ 30 ਸਕਿੰਟਾਂ ਦੀ ਗੱਲ ਹੋਵੇਗੀ ਕੁਝ ਪਲ ਬੀਤੇ ਨੇ ਕੁਝ ਬਾਕੀ ਨੇ ਤੇ ਲੰਘਿਆਣੀਆਂ ਗੁਰਜੀਤ ਕੀ ਦੇ ਹੱਕ 'ਚ
विसल मारता है पॉइंट जापी के हिस्से है कबड्डी के खिडारियों की धरती है मेरे वीर दुनिया के प्रसिद्ध खिडारी इस नगर ने आप अपने समय के मुताबिक पैदा किए ने संत महापुरशों की धरती मीरी पीरी के मालक साहब श्री गुरु हरगोबिंद साहब जी की पावन ते पवित्र चरण चो प्राप्त पावन पवित्र धरती लाओ सामने वध के गभरू कोनी शूशक की धरती का कबड्डी पा रहा है ते लाली जगामे पिंड दा लाओ गुड जजमेंट अजमेर आलम वाली नहीं मनदा नहीं मनदा मेरे वीरियो खेड मैदान दे समा बीतता जा रहा है समा समा बीतता जा रहा 30 सकिंटा चो कुछ पल बीते ने ते कुछ बाकी ने मेरे वीरियो गल करती ते पॉइंट जाफी दा जेड़े वीर दी ड्यूटी है पानी छिड़कन दे ओ वी जड़ा टैंकी दे ट्रैक्टर नेड़े ल्यावे बेनती है लो प्रीतम पुराने वाले दी धरती दा नॉट वन गबरू अगली कबड्डी पाउण दे लई बाद आया मेरे वीरियो खेड मैदान दे विच मेरे वीर जिथे कहंदे भी परम गिल जी मेरे वीरियो कनेडा दे एमपी ने कनेडा दे राष्ट्रपति ने ओ भी लो सामने गबरू दी पई कबड्डी ते प्रीतम पुराने वाली आ बलकरन शूशक दा सफलता धावी दे कदम चुमदी है मैच समाप्त हो चुका है मैच समाप्त है जी अगला मैच झंडे वाला ते चंद नवे दी टीमां दे दरमियान गुरजीत कबड्डी क्लब चंदनामा ते झंडे वाला इस मैच जो पॉइंट मेरे वीरो पुराने वाले दे ने 7.5 ते शूशक दे पॉइंट ने 5 टीम पुराने वाले दी जेतू इस मैच दे विचो पुराने वाले दी टीम चलदे मैच जो जीत चुकी जेड़ी टीम पिछड़े वाले पासे खेल रही सी ओ टीम जेड़ी जेतू है मेरे दर्शक वीर भी नोट कर लैन आर प्रबंधक वीर भी स्टेज पर नोट कर लैन कबड्डी दे महारथी खिडारियों की धरती मेरे वीरियो अज खेड मैदान दे विच के बाजे खाने वाले नूं नहीं कौन यार जानदा चैना ते लोपोवाला गगी जी दे हाण दा गालब दा बंदर ते काला गुलजार भी कौंकियां दे बाज दा भरा है तलवार भी वैली ते जीता मोड़ यार गुड़े दास दे जोधिया सुनहरी पन्ने कौडी इतिहास दे पुराने वाले दी टीम जेतू है हैलो पुराने वाला नोट कर लो जी जेतू अगले जेडे सत्कारयोग सज्जना नू असी सन्मानित करन जा रहे हैं उन्हां दे नां अनाउंस कर लगे हैं ते ध्यान दे नाल अपने नां सुन लियो जी क्योंकि उधर मैच भी जरूरी ने नाल उन्हां दा भी बोल बुलारा होवेगा सुखचैन सिंह मैंबर परमजीत सिंह धूरी जगमोहन सिंह मोगा जथेदार आत्मा सिंह चौधरी गुरचरण सिंह जसवीर सिंह पंगू जंगपाल सिंह गोगा बलवीर सिंह पंगू यूथ अकाली आगू केवल सिंह मंडी बोर्ड मलकीत सिंह जी लेलना ते सोहन सिंह दिल्ली पुलिस तो जथेदार ठाणा सिंह प्रधान जसवंत सिंह बलवीर सिंह टिब्बी आले ते पाल सिंह मलेशिया इन्हां नूं सन्मानित करनगे साडे जिहड़े सज्जण उन्हां नूं मैं बेनती करां वह नेड़े आ जाण साडे कबड्डी खिडारी पिंदी दा दे डैडी गुरचरण सिंह बलवीर सिंह ढिल्लों मास्टर बलवीर सिंह लवली सरपंच लाली बराड़ पठानगढ़ ते मंदर सिंह जी मिस्त्री सारे सत्कारयोग सज्जण ये ट्राली दे नेड़े रहन इत्थे आ जाण जी सन्मानित करना जिहड़े दानी सज्जणां नूं उन्हां दे भी मैं नां अनाउंस कीते ने मंदर सिंह मिस्त्री लवली सरपंच लाली पठानगढ़ गुरचरण सिंह बलवीर ढिल्लों मास्टर बलवीर सिंह ये सारे सत्कारयोग सज्जण ट्राली दे नेड़े आ जाण साठ किलो का फास्ट से सैकंड प्राइज असी देन जा रहे हैं दोनों टीमें नेड़े आ जान मैच जेड़ा खेड मैदान दे विच पूरा जेड़ा वधिया खेडा जाएगा बाबा गुरदेव सिंह कबड्डी क्लब झंडे वाला ते चंद नवे दी टीमां दे दरमियान झंडे वालिया खुशदीप साडी जिंदगी दा परम मित्र है सुखे ढिल्लों वर्गे मेरे वीरियो सारे वीर राजवणी साडे वीर पिंडवणी सारे साडे भरा साडी जिंदगी दे परम मित्र ने 3-4 ते 5 फरवरी दे वड्डे सदे झंडे वालिया खुशदीप दे रहा है एक बन्ने उस पिंड दी टीम दूजे बन्ने चंद नवे दी टीम है मैच खेड मैदान दे विच शुरू होण जा रहा है कबड्डी दे महारथी योधियां दी धरती है मेरे वीरियो अगला मैच रोली पाई है ते चगामी दा होवेगा हां जी पहला तां जिहड़ी लिस्ट असीं सन्मानित वाली बोली आ उह सत्कार सज्जण आ जाण 60 किलो दी इह टीमां नूं जिहड़ा इनाम देना वह जिहड़े परिवारां ने देना जी सिर्फ उहनां दे मैंबर ही साडे कोल रहिण
बाकी कोई साडा मित्र एवं फोटो ले सज्जे खब्बे ना आवे ये बेनती है प्रबंधक वालों। 60 किलो का पहला नाम हरमंदर सिंह ढिल्लों होंगकोंग गोखा ढिल्लों के नाम जिन्हों असं जानते हैं उन्होंने वालों दिता जाना। आओ भाई फर्स्ट टीम 60 किलो वाले आ गए भी खिलाड़ी आओ वीर उन्होंने परिवारक मैंबर अमरदीप ढिल्लों कैनेडा हाँ जी ते दूजा इनाम जिहड़ा 60 किलो दा उह जसवीर ढिल्लों कनेडा उन्हां दे परिवारक मैंबर भी नेड़े आउण लियाओ भी सकत्तर साहब लियाओ जी ट्राफियां टीम पहुँच चुकी है लिफाफे ते ट्राफियां अमरदीप ढिल्लों बलराज साडा कबड्डी खिडारी आ जाए जी स्टेज कोले बलराज सिंह आओ भाई नाल दी नाल मैच भी शुरू कराने हैं प्लेयरों नूं बेनती है दोनों टीमों के खिडारी फास्ट ते सैकेंड वाली टीम पहला इनाम जिहड़ा साढ़े हरमंदर ढिल्लों गोखा हांगकांग दूजा जसवीर सीरा ढिल्लों 12,000 पहला नाम है जी 10,000 दूजा नाम है 60 किलो का 12,000 साढ़े हरमंदर ढिल्लों हांगकांग वाले उन्हां वल्लों होवेगा ते दूजा जसवीर ढिल्लों कनेडा वालों है 10,000 जगदीप हाँ जी जेडे असी सज्जन सन्मानित करने हैं सुखचैन सिंह मैंबर परमजीत सिंह लेलना जगमोहन मोगा नेड़े खड़े ने सज्जन अपने कुछ तो चौधरी गुरचरण सिंह भंगू ब्रदरज जैमल वाला जंगपाल गोगा केवल सिंह फरीदकोट प्लस गजन वाला मलकीत सिंह लेलना सोहन सिंह दिल्ली पुलिस जथेदार ठाणा सिंह प्रधान जसवंत सिंह कोना बलवीर सिंह टिब्बी वाले ते पाल सिंह जी मलेशिया वाले इन्हां नूं सन्मानित करनगे गुरचरण सिंह पिंदी दे डैडी है साडे कबड्डी खिडारी दे ते बलवीर सिंह ढिल्लों मास्टर बलवीर सिंह लवली सरपंच लाली पठानगढ़ मंदर सिंह जी मिस्त्री दे अवतार सिंह ये सारे सज्जन स्टेज दे नेड़े आ जाण लाओ सामने हेलो पंगू ब्रदर जो यूथ अकाली दल दे सिरकट आगू सो आओ जी किथे नेड़े आओ मानजोग मित्र आज लवली सरपंच मोहन जी लाली आओ यार भाई नेड़े हाँ जी सीरा सिंह ते बलवीर सिंह पंगू ब्रदर जो इन्हां नूं सन्मानित किया जा रहा है आओ ताए तुसी आओ नेड़े मास्टर बलवीर सिंह जी आ भी अपना बलवीर सिंह पंगू मास्टर बलवीर सिंह आओ जी बलवीर सिंह जी टिब्बी वाले जसवंत सिंह कोना जगमोहन आ नेड़े वीर अगे चलो परमजीत जी मैच पानी छिड़किया जा रहा जी हाँ जी सो ਵਧੀਆ ਦਵਾਈਆਂ ਦੇ ਲਈ ਹਮੇਸ਼ਾ ਕਰਮਜੀਤ ਸਿੰਘ ਨਾਲ ਸੰਪਰਕ ਕਰੋ ਆ ਗਏ ਜੀ ਖੜੇ ਨੇ ਆ ਦੇਖੋ ਜਸਵੰਤ ਸਿੰਘ ਕੋਨਾ ਬਲਵੀਰ ਸਿੰਘ ਟਿੱਬੀ ਵਾਲੇ ਹਾਂਜੀ ਸਨਮਾਨਿਤ ਕਰਦੇ ਹੋ ਮਿਸਤਰੀ ਮੰਦਰ ਸਿੰਘ ਲਵਲੀ ਸਰਪੰਚ ਲਾਲੀ ਪਠਾਨਕੋਟ ਯੂਕੇ ਤੋਂ ਹਰਵੇਸ਼ ਜੀ ਗੁਰਚਰਨ ਸਿੰਘ ਮਨਜੀਤ ਕਾਕਾ ਯੂਐਸਏ ਉਹ ਵੀ ਆਓ ਜੀ ਨੇੜੇ हाँ जी जगमोहन मोगे तो जगमोहन सिंह मोगा सुखचैन सिंह मैंबर पंचायत सुखचैन सिंह आओ जसवंत कोना गोलू गजनवाली आओ जी गोलू गजनवाला साडा वीर उस स्टेज ते लाके पुज्या वे ब्रीक ऑडियो उस वीर नु बुला रहे ने जथेदार ठाणा सिंह जथेदार ठाणा सिंह पाल मलेशिया नेड़े आओ जी
हाँ जी आ कौन आ गया जी प्रधान साहब आ गए अपने को जथेदार थाना सिंह पहुंचे जी वह भी अपना सन्मान चिन्ह प्राप्त कर लैन जथेदार थाना सिंह जी आ जगमोहन सिंह जगमोहन सिंह मोगे तो जगमोहन सिंह साढ़े काके दे पड़ोसी हाँ जी आओ जी हरी सिंह जी काका जोरा सिंह जी दिल्ली वाले सोन सोन सिंह दिल्ली पुलिस उन्हां नूं सम्मानित करना जी जंगपाल गोगा जी चौधरी करचरण सिंह आत्मा सिंह जी जथेदार साहब जथेदार आत्मा सिंह जी जथेदार थाणा सिंह नूं साडी कमेटी सम्मानित करते हुए देख लो जी एक मिनट जथेदार थाणा सिंह हाँ जी दिल्ली पुलिस आ गई जी मोहन सिंह दिल्ली पुलिस मोहन सिंह वाह जी वाह वाह भाई वाह दिल्ली पुलिस के नाम हूटर बच गया हूटर बच गया जी दिल्ली पुलिस के नाम थाणा सिंह जी हो गए ठीक है जी पाल मलेशिया जी पाल मलेशिया केवल मंडी बोर्ड आओ केवल सिंह पहुंचे है जी फरीदकोट तो अपना जंगपाल सिंह जी जैमलाले तो चौधरी करचरण सिंह चलो ठीक है जी थैंक यू ओ आ रहे ने जी पेमेंट पा रहे लिफाफे च 60 किलो के पहले तो दूजे वाली टीम आ जाए नाल उन्होंने जेडे मुख स्पोंसर ने ढिलो परिवार ढिलो ब्रदरस वो भी नेड़े रहन लो सामने चलता है मैच ते नौजवान गभरू चंद नवे पिंड दा जथेदार आत्मा सिंह जी इन्हां नूं सम्मानित किया जा रहा जी लियाओ जी ट्रॉफी ड्रोली भाई ए ते चगामे पिंड दी टीम अगले मैच लई ग्राउंड ते लाके बिना किसी देरी दे जथेदार आत्मा सिंह नूं बलवीर सिंह ढिल्लो सम्मानित करते हुए समूह कमेटी मैंबर हाँ जी आ जी पाल सिंह मलेशिया उन्होंने परिवार का कोई मैंबर आया जी साठ किलो इस आप उड़ीक रहे हैं थैंक यू धन्यवाद जी साढ़े सन्मानित कमेटी लाओ सामने चलता है मैच दे नौजवान गभरू भाणे पिंड दा सेवक मेरे वीर पॉइंट दा वादा करदा चंद नवे दी टीम दे लई लागली कबड्डी पाउण दे लई नौजवान गभरू वादा होया चार जाफी ने ला मानक चंद नवे पिंड दा वाह ओए नौजवाना के छोटी उम्र च मार गया है गभरू ए मल वड्डी बखरी बना गया पछाण जदों दा खेडे इह कबड्डी तीन हठूर दे होए स्टार निरपै एकम ते नानक ते बन जू कदे सिरे दा जापी चंद नवे दा मानक बन जू कदे सिरे दा जापी चंद नवे दा मानक मैं समाप्त चंद नवे दे पॉइंट ने 7:30 दे हां जी चुगामा ते जेड़ा मैच शुरू होण जा रहा है ड्रोली भाई ए ड्रोली भाई पिंड दी ए टीम नहीं जी पहुंची हाले तक इस मैच जो चंद नवा जेतू है मेरे प्रबंधक वीर स्टेज के उपर नोट कर लैन गुरजीत कबड्डी क्लब चंद नवा जेतू इस मैच चो ड्रोली भाई ए दी टीम पहुंचे ड्रोली भाई ए जल्दी ना खिडारी जेडे ग्राउंड दे वल नूं आ जाण ड्रोली भाई वाले चुगामे दी टीम पहुंची हुई है नाल ही राणीवाल ते थांदेवाल जंगियाणा ते बाबा मानदास कबड्डी क्लब रौली उस तो बाद ड्रोली भाई बी ते डेमरू खेडणगे उस तो बाद खेडेगा राजेणा ते मुदकी मालाखुर ते कमियाणा कोटकोट ते घलकला टीमां दित्ते होए समय तो प्लीज लेट ना होण ड्रोली भाई इहनू मेरी लास्ट कॉल राणीवाल ते थांदेवाल
ਸਾਡਾ ਵੀਰ ਅੰਗਰੇਜ਼ ਵੀਰੇਵਾਲ ਵਾਲਾ ਉਹ ਵੀਰ ਵੀ ਪੁੱਜਿਆ ਉਸ ਵੀਰ ਵੱਲੋਂ ਅਮਰੀਕ ਨੂੰ ਜਿਹੜੇ ਵਿਸ਼ੇਸ਼ ਮਾਨ ਸਨਮਾਨ ਦਿੱਤੇ ਜਾਣੇ ਹੈ ਉਸ ਵੀਰ ਦਾ ਵੀ ਧੰਨਵਾਦ ਹੈ ਹਾਂਜੀ ਕਰ ਦਿਓ ਜੀ ਆਪਣੀ ਜਿਹੜੀਆਂ ਕਾਰਵਾਈਆਂ ਨੇ ਡਰੋਲੀ ਭਾਈ ਇਹ ਮੇਰੀ ਬੇਨਤੀ ਹੈ ਖਿਡਾਰੀ ਵੀਰਾਂ ਨੂੰ ਜਲਦੀ ਨਾਲ ਖਿਡਾਰੀ ਜਿਹੜੇ ਗਰਾਊਂਡ 'ਚ ਪੁੱਜਣ ਕਿ ਕਿਸਾਨ ਸਰਵਿਸ ਗਿੱਲਾਂ ਵਾਲਾ ਦੀ ਆਵਾਜ਼ ਜਿਹੜੀ ਬਹੁਤ ਦੂਰ ਤੱਕ ਜਾ ਰਹੀ ਹੈ ਡਰੋਲੀ ਭਾਈ ਇਹ ਨਾੜੀ ਰਾਣੀਵਾਲ ਵਰਸੀ ਥਾਂਦੇਵਾਲ ਰਾਣੀਵਾਲ ਤੇ ਥਾਂਦੇਵਾਲ ਚੁਗਾਵੇਂ ਦੀ ਟੀਮ ਪਹੁੰਚੀ ਹੈ ਡਰੋਲੀ ਭਾਈ ਇਹ ਪਹੁੰਚੋ ਰਾਣੀਵਾਲ ਵਰਸੀ ਥਾਂਦੇਵਾਲ ਜੰਗੀਆਂ ਤੇ ਰੌਲੀ ਹੈਲੋ ਕਿਹਨੂੰ ਇੱਕ ਮਿੰਟ ਪਹਿਲਾਂ ਪਲੇਅਰਾਂ ਨੂੰ ਕਰ ਲਈਏ ਬਟ ਫਸਟ ਨਾਮ ਡਰੋਲੀ ਭਾਈ ਇਹਦੀ ਟੀਮ ਦੀ ਜੀ ਪਹੁੰਚੀ ਕੀ ਨਾਮ ਬਈ ਅੱਛਾ ਇਹਨੇ ਕਰਨਾ ਅਮਰੀਕ ਨੂੰ ਸਨਮਾਨ ਜੀ ਠੀਕ ਹੈ